ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਗਏ ਜੀ, ਆ ਗਏ, ਆ ਗਏ, ਆ ਗਏ ਦਿੱਲੀ, ਆ ਗਏ ਜੀ। ਅਸੀਂ ਜਸਟ ਹੁਣੇ ਹੀ ਮਲੇਸ਼ੀਆ ਤੋਂ, ਬਸ ਹੁਣੇ ਹੀ ਫਲਾਈਟ ਆਈ ਹੈ ਜੀ, ਹੁਣੇ ਹੀ, ਬਸ ਹੁਣੇ ਹੀ ਉਤਰੀ ਹੈ, ਬਸ ਡਾਇਰੈਕਟ ਆ ਗਏ ਅਸੀਂ। ਤੇ ਸਾਡਾ ਇੰਡੀਆ ਆਉਂਦੇ ਸਾਰ ਹੀ ਸਾਡਾ ਹੁਣ ਪਹਿਲਾ ਕੀਰਤਨ ਹੈ ਜੀ ਪਹਾੜਗੰਜ ਵਿਖੇ। ਇਹ ਬਹੁਤ ਵੱਡਾ ਵੱਡਾ ਸਮਾਗਮ ਹੈ, ਪਿੰਕੀ ਵੀਰ ਜੀ ਆਰਗੇਨਾਈਜ਼ ਕਰ ਰਹੇ ਨੇ, ਪੌਲ ਸਿੰਘ ਜੀ ਆਰਗੇਨਾਈਜ਼ ਕਰ ਰਹੇ ਨੇ, ਪੰਥ ਦੇ ਸਾਰੇ ਮਹਾਨ ਕੀਰਤਨ, ਅਸੀਂ ਨਹੀਂ ਹੋਰ ਛੋਲੇ ਭਟੂਰੇ ਖਾਣੇ, ਮੈਂ ਰੂਹ ਤਰਸੀ ਪਈ ਹੈ ਬਾਈ ਜੀ, ਰੂਹ ਤਰਸੀ ਪਈ ਹੈ, ਛੋਲੇ ਭਟੂਰੇ ਆਓ ਤੁਹਾਨੂੰ ਖਵਾਉਂਦੇ ਹਾਂ, ਸਾਰੇ ਖਾਵਾਂਗੇ ਅਸੀਂ, ਟੇਸਟ ਪਰ ਤੁਹਾਨੂੰ ਆਏਗਾ। ਨਹੀਂ ਹਾਲੇ ਇੰਨੀ ਟੈਕਨੋਲੋਜੀ ਆਈ ਨਹੀਂ ਹੈ ਕਿ ਵਲੌਗ ਦੇ ਥਰੂ ਟੇਸਟ ਆ ਜਾਏ, ਆ ਜਾਏਗੀ ਇੱਕ ਦੋ ਸਾਲ ਤੱਕ, ਟੈਕਨੋਲੋਜੀ ਆ ਜਾਣੀ ਚਾਹੀਦੀ ਹੈ। ਧਰਮ ਸ਼੍ਰੀ ਗੁਰੂ ਗ੍ਰੰਥ ਸਾਹਿਬ। ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ, ਤੁਲਸੀ ਦਇਆ ਨਾ ਛੋੜੀ ਜਬਲ ਘਟ ਮੇ ਪ੍ਰਾਨ। ਅੰਮ੍ਰਿਤ ਜਲ ਛਾਇਆ ਸਬਰ ਸੇ ਤਿਨ ਤਨ ਜੜੇ ਦੇਵਾ ਆਏ ਸਬਰ ਸੇ। ਜਿਵੇਂ ਇੱਕ ਤੋਂ ਪਹਿਲਾਂ ਕੁਛ ਨਹੀਂ ਆਉਂਦਾ ਨਾ, ਉਸੇ ਤਰ੍ਹਾਂ ਖੁਦਾ ਤੋਂ ਪਹਿਲਾਂ ਵੀ ਕੁਛ ਨਹੀਂ ਸੀ। ਸਾਰੀ ਸੰਗਤ
ਸਨ ਬੀਬੀ ਪਵਲੀਨ ਕੌਰ, ਬਾਲਾ ਪ੍ਰੀਤਮ ਕੀਰਤਨੀ ਜਥਾ, ਅਪਾਰ ਅਪਾਰ ਬਖਸ਼ਿਸ਼ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਉੱਤੇ। ਖੁਸ਼ੀਆਂ ਪਾਸ਼ਾਈਆਂ